ਇਹ ਖਿਡੌਣਾ ਵੇਸਟ ਮਟੀਰੀਅਲ ਤੋਂ ਬਣਾ ਸਕਦੇ ਹੋ। ਤੁਸੀਂ ਇੱਕ ਸਟਾਇਰੋਫੋਮ ਕੱਪ ਦਾ ਇਸਤੇਮਾਲ ਕਰ ਸਕਦੇ ਹੋ ਇਸ ਪੌਂਡ ਚੱਕੀ ਨੂੰ ਬਣਾਉਣ ਲਈ। ਕੈਂਚੀ ਨਾਲ ਕੱਪ ਦੇ ਤਲੇ ਨੂੰ ਕੱਟ ਲਵੋ। ਹੁਣ ਲੰਬਾਈ ਵਿੱਚ ਕੱਪ ਨੂੰ ਚਾਰ ਹਿੱਸਿਆਂ ਵਿੱਚ ਕੱਟ ਕੇ ਪੌਂਡ ਚੱਕੀ ਦੇ ਬਲੇਡ ਬਣਾ ਲਵੋ। ਚਾਰੇ ਬਲੇਡ ਇੱਕੋ ਜਿਹੇ ਹੋਣਗੇ। ਹੁਣ ਦੋ ਟੁਕੜੇ ਕਾਰਡਸ਼ੀਟ ਲਵੋ, ਇਹਨਾਂ ਦੇ ਵਿਚਕਾਰ ਇੱਕ ਪਤਲੀ ਡੰਡੀ ਪਾ ਦਵੋ। ਹੁਣ ਚਾਰਾਂ ਬਲੇਡਸ 'ਤੇ ਗੂੰਦ ਲਾਓ। ਅਤੇ ਉਹਨਾਂ ਨੂੰ ਮੋਟੇ ਕਾਰਡਸ਼ੀਟ ਦੇ ਵਿਚਕਾਰ ਪ੍ਰੈੱਸ ਫਿੱਟ ਕਰ ਦਿਓ। ਟੁੱਥਪਿਕ ਦੇ ਅੰਤ ਨੂੰ ਇੱਕ ਸਟਰੋ ਨਾਲ ਜੋੜੋ ਅਤੇ ਪੌਂਡ ਚੱਕੀ ਦਾ ਆਨੰਦ ਲਵੋ।